ਇੱਥੇ ਮਿਹਨਤ ਕਿਉਂ ਨਹੀਂ ਕਰ ਸਕਦੇ? ਅਸੀਂ ਬਾਹਰਲੇ ਮੁਲਕਾਂ ਜਾ ਕੇ ਅਸੀਂ ਹਰ ਕੰਮ ਕਰਨ ਲਈ ਤਿਆਰ ਹਾਂ, ਪਰ ਪੰਜਾਬ ਦੇ ਵਿੱਚ ਤੁਸੀਂ ਸੁਨਹਿਰੇ ਭਵਿੱਖ ਦੀ ਪੰਜਾਬ ਦੀ ਗੱਲ ਕੀਤੀ ਹੈ, ਪਰ ਪੰਜਾਬ ਦਾ ਨੌਜਵਾਨ ਤਾਂ ਬਾਹਰ ਨੂੰ ਜਹਾਜ਼ ਭਰ ਭਰ ਕੇ ਜਾ ਰਿਹਾ। ਵਿੱਕੀ ਜੀ, ਮਾਹੌਲ ਦਿੱਤਾ ਆਪਾਂ ਨੌਜਵਾਨਾਂ ਨੂੰ। ਪੈਟਰੋਲ ਡੀਜ਼ਲ ਦਾ ਰੇਟ ਲਗਭਗ 100 ਰੁਪਇਆ ਪਹੁੰਚ ਗਿਆ ਹੈ, ਡੀਜ਼ਲ 88 ਰੁਪਏ ਆ, ਠੀਕ ਹੈ। ਗੈਸ ਦਾ ਸਿਲੰਡਰ ਲਗਭਗ 1000 ਰੁਪਏ ਹੈ, ਕੁਕਿੰਗ ਆਇਲ ਲਗਭਗ 200 ਰੁਪਏ ਆ। ਮਹਿੰਗਾਈ ਤਾਂ ਦੇਖੋ, ਅਤੇ ਅੱਜ ਕੱਲ੍ਹ ਨੌਜਵਾਨਾਂ ਨੌਕਰੀ 'ਤੇ ਕਿੰਨੇ ਕੁ ਪੈਸੇ ਮਿਲਦੇ ਆ? ਵੱਧ ਤੋਂ ਵੱਧ 10-12 ਹਜ਼ਾਰ ਸਟਾਰਟਿੰਗ, 10-12 ਹਜ਼ਾਰ 'ਚ ਗੁਜ਼ਾਰਾ ਕਰ ਲੂਗਾ ਨੌਜਵਾਨ? ਦੱਸੋ, ਆਪਣਾ ਇਲਾਜ ਕਰਾ ਸਕਦਾ? ਜੇ ਕੋਈ ਫੈਮਿਲੀ ਮੈਂਬਰ ਬਿਮਾਰ ਹੋ ਜਾਂਦਾ ਉਹਦਾ ਇਲਾਜ ਕਰਾ ਸਕਦਾ, ਜਾਂ ਮਾਪਿਓ ਦੇ ਸਿਰ 'ਤੇ ਜਿਹੜਾ ਕਰਜ਼ਾ ਚੜਿਆ ਕਰਜ਼ਾ ਉਤਾਰ ਸਕਦਾ ਇੰਨੇ ਪੈਸੇ ਨਾਲ? ਬਿਜ਼ਨਸ ਲਈ ਉਹਨੂੰ ਮਾਹੌਲ ਨਹੀਂ ਮਿਲ ਰਿਹਾ। ਗਾਈਡਲਾਈਨ ਦੱਸਦੇ ਪੰਜਾਬ ਨੂੰ ਬਚਾਉਣ ਲਈ, ਨੌਜਵਾਨ ਨੂੰ ਕੀ ਕਹਿਣਾ ਚਾਹੁੰਦੇ? ਦੇਖੋ, ਸਭ ਤੋਂ ਵੱਡੀ ਗੱਲ ਹੈ ਅਤੇ ਸਭ ਤੋਂ ਅਹਿਮ ਗੱਲ ਹੈ ਕਿ ਆਪਾਂ ਚੰਗੇ ਮਤਦਾਤਾ ਬਣੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਵਿੱਕੀ ਜੱਸੋਵਾਲ, ਤੁਸੀਂ ਵੇਖ ਰਹੇ ਹੋ ਸਾਡਾ ਪੰਜਾਬ ਕੈਨੇਡਾ ਟੀ ਵੀ ਜੀ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ, ਅਸੀਂ ਪੰਜਾਬ ਦੇ ਉਹ ਨਾਮਵਰ ਚਿਹਰੇ, ਭਾਵੇਂ ਉਹ ਗੱਲ ਸਿਆਸਤ ਦੀ ਹੋਵੇ ਅਤੇ ਭਾਵੇਂ ਉਹ ਗੱਲ ਰਿਆਸਤ ਦੀ ਹੋਵੇ, ਅਸੀਂ ਤੁਹਾਡੇ ਸਾਹਮਣੇ ਰੂਪ ਕਰਦੇ ਰਹਿੰਦੇ ਹਾਂ। ਅਸੀਂ ਅੱਜ ਲੁਧਿਆਣਾ ਦੇ ਵਿੱਚ ਬੈਠੇ ਹਾਂ, ਜਿਹੜਾ ਕਿ ਲੁਧਿਆਣਾ ਦਾ ਇੱਕ ਐਸਾ ਨੌਜਵਾਨ ਜੋ ਪੰਜਾਬ ਦੇ ਵਿਰਸੇ ਲਈ, ਪੰਜਾਬ ਦੀ ਨੌਜਵਾਨੀ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਨੇ, ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਕੋਮਲ ਗਰਨੂਰ ਜੀ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਵਿੱਕੀ ਜੀ। ਸਰ, ਕਿਵੇਂ ਦੇਖਦੇ ਹੋ, ਜੋ ਪੋਲੀਟੀਕਲ ਮੁੱਦੇ 'ਤੇ ਲੈ ਲਓ ਜਾਂ ਪੰਜਾਬ ਦੀ ਨੌਜਵਾਨੀ 'ਤੇ ਲੈ ਲਓ, ਅਤੇ ਸਿਸਟਮ ਡਗਮਗਾ ਰਿਹਾ ਜੀ, ਕਿੱਦਾਂ ਦੇਖਦੇ ਸਰ? ਵਿੱਕੀ ਜੀ, ਜਦੋਂ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਪੜ੍ਹਦੇ ਹਾਂ ਸਾਰੇ ਪੰਜਾਬੀ, ਤਾਂ ਸਾਨੂੰ ਬਹੁਤ ਫਖਰ ਮਹਿਸੂਸ ਹੁੰਦਾ। ਅਤੇ ਜਦੋਂ ਆਪਾਂ ਅੱਜ ਦੇ ਹਾਲਾਤ ਦੇਖਦੇ ਹਾਂ ਕਿ ਪੰਜਾਬ ਦੇ 3.5 ਲੱਖ ਕਰੋੜ ਦਾ ਕਰਜ਼ਾ, ਨੌਜਵਾਨੀ ਨਿਰਾਸ਼ ਹੋ ਕੇ ਬਾਹਰਲੇ ਮੁਲਕਾਂ ਨੂੰ ਭੱਜ ਰਹੀ ਹੈ, ਕਿਸਾਨਾਂ ਦੇ ਸਿਰ 'ਤੇ ਕਰਜ਼ਾ ਚੜ ਰਿਹਾ, ਛੋਟਾ ਵਪਾਰੀ ਡਰ ਦੇ ਮਾਹੌਲ 'ਚ ਬੈਠਾ, ਅਤੇ ਫਿਕਰ ਹੁੰਦੀ ਆ। ਹੁਣ ਦੇਖੋ, ਫਖਰ ਕਿੱਥੇ ਸਾਨੂੰ ਫਖਰ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਕਰਦੇ ਹਾਂ ਤਾਂ ਫਖਰ ਹੁੰਦਾ, ਅਤੇ ਅੱਜ ਦੇ ਹਾਲਾਤ ਦੇਖਦੇ ਹਾਂ ਤਾਂ ਫਿਕਰ ਹੁੰਦੀ ਆ। ਫਖਰ ਤੋਂ ਫਿਕਰ 'ਤੇ ਲਿਆ ਕੇ ਖੜਾ ਕਰਤਾ ਸਾਡੇ ਪੰਜਾਬ ਨੂੰ। ਦੇਖੋ, ਇਹ ਗੁਰੂਆਂ ਪੀਰਾਂ ਦੀ ਧਰਤੀ ਆ, ਸਾਡੇ ਸ਼ਹੀਦਾਂ ਦੀ ਧਰਤੀ ਆ, ਸਾਡੇ ਗੁਰੂਆਂ ਦੇ ਲਹੂ ਡੁੱਲੇ ਨੇ, ਸ਼ਹੀਦਾਂ ਦੇ ਲਹੂ ਡੁੱਲੇ ਨੇ ਕਿ ਉਹਨਾਂ ਦੀ ਅਗਲੀ ਪੀੜ੍ਹੀ ਖੁਸ਼ਹਾਲ ਰਹਿ ਸਕੇ, ਆਜ਼ਾਦ ਰਹਿ ਸਕੇ। ਅੱਜ ਉਹਨਾਂ ਦੀ ਅਗਲੀ ਪੀੜ੍ਹੀ 'ਤੇ ਨਿਰਾਸ਼ ਬੈਠੀ ਆ। ਹੁਣ ਇਹਦੇ 'ਚ ਚਿੰਤਨ ਕਰਨ ਦੀ ਲੋੜ ਹੈ ਸਾਰਿਆਂ ਨੂੰ, ਸਾਰਿਆਂ ਨੂੰ। ਮੈਂ ਤਾਂ ਆਪਣਾ ਫਰਜ਼ ਨਿਭਾ ਰਿਹਾ ਕਿ ਲੋਕਾਂ 'ਚ ਆਵਾਜ਼ ਵੀ ਬੁਲੰਦ ਕਰ ਰਿਹਾ ਕਿ ਆਪਾਂ ਆਪਣੇ ਸਿਸਟਮ 'ਚ ਸੁਧਾਰ ਲੈ ਕੇ ਆਈਏ। ਹੁਣ ਸਵਾਲ ਇੱਥੇ ਖੜਾ ਹੁੰਦਾ ਸਾਰਿਆਂ ਦੇ ਜ਼ਹਿਨ 'ਚ, ਸਿਸਟਮ 'ਚ ਸੁਧਾਰ ਕਿਵੇਂ ਆਊਗਾ? ਸਿਸਟਮ 'ਚ ਸੁਧਾਰ ਆਊਗਾ ਚੰਗੇ ਕਿਰਦਾਰਾਂ ਨਾਲ। ਜਦੋਂ ਆਪਾਂ ਚੰਗੇ ਕਿਰਦਾਰਾਂ ਨੂੰ ਅੱਗੇ ਲੈ ਕੇ ਆਵਾਂਗੇ ਨਾ ਰਾਜਨੀਤੀ ਦੇ ਵਿੱਚ, ਪੋਲੀਟਿਕਸ ਦੇ ਵਿੱਚ, ਤਾਂ ਸਿਸਟਮ 'ਚ ਸੁਧਾਰ ਆਊਗਾ। ਇੱਥੇ ਚੰਗੇ ਕਿਰਦਾਰ ਤਾਂ ਅੱਜ ਕੱਲ੍ਹ ਦੇਖੋ ਤੁਸੀਂ ਵਿਕ ਰਹੇ ਨੇ, ਸਿਆਸਤ ਤਾਂ ਵਿਕ ਰਹੀ ਹੈ ਜੀ। ਉਹੀ ਕਹਿ ਰਿਹਾ ਨਾ ਵਿੱਕੀ ਜੀ, ਤਾਂ ਹੀ ਫਿਰ ਪੰਜਾਬ ਦੇ ਇਹ ਹਾਲਾਤ ਬਣੇ ਆ। ਜੇ ਸਾਡੀਆਂ ਪੋਲੀਟਿਕਸ ਮਾੜੀ ਹੋ ਗਈ, ਇੱਕ ਨਾ ਡੈਫੀਨੇਸ਼ਨ ਹੈ ਇੰਗਲਿਸ਼ ਕਹਿੰਦੇ ਆ, ਪੋਲੀਟਿਕਸ ਇਜ਼ ਅ ਡਰਟੀ ਗੇਮ ਫੋਰ ਡਰਟੀ ਪੀਪਲ। ਇਹ ਸਾਰੇ ਲੋਕ, ਜੇ ਤੁਸੀਂ ਆਮ ਲੋਕਾਂ 'ਚ ਵੀ ਸਰਵੇ ਕਰੋਗੇ ਨਾ ਕਿ ਤੁਸੀਂ ਪੋਲੀਟਿਕਸ ਬਾਰੇ ਕੀ ਸੋਚਦੇ ਹੋ, ਕਹਿਣਗੇ ਗੰਦੀ ਚੀਜ਼ ਹੈ, ਨਾ ਕੋਈ ਚੰਗਾ ਸੁਹਿਰਦ ਬੰਦਾ ਆਪਣੇ ਬੱਚਿਆਂ ਨੂੰ ਭੇਜਣ ਲਈ ਤਿਆਰ ਹੈ। ਕਿਉਂਕਿ ਉਹਨੂੰ ਇਹ ਹੁੰਦਾ ਕਿ ਜੇ ਅਸੀਂ ਪੋਲੀਟਿਕਸ 'ਚ ਪਾਵਾਂਗੇ ਆਪਣੇ ਬੱਚਿਆਂ ਨੂੰ, ਇਹ ਤਾਂ ਝੂਠੇ ਪਰਚੇ ਹੋਣਗੇ, ਜੇਲ੍ਹਾਂ 'ਚ ਸੁੱਟਿਆ ਜਾਊਗਾ, ਕਿਉਂਕਿ ਮਾਹੌਲ ਇੱਦਾਂ ਦਾ ਬਣਾ ਦਿੱਤਾ ਜਾਂਦਾ, ਜਿਹਦੇ ਕਰਕੇ ਨਾ ਤਾਂ ਇੱਥੇ ਵਿਜ਼ਨ ਵਾਲੀ ਪੋਲੀਟਿਕਸ ਚੱਲ ਰਹੀ ਹੈ, ਨਾ ਚੰਗੀ ਸੋਚ ਵਾਲੀ ਪੋਲੀਟਿਕਸ ਚੱਲ ਰਹੀ ਹੈ, ਨਾ ਹੀ ਨੀਤੀ ਵਾਲੀ ਪੋਲੀਟਿਕਸ ਚੱਲ ਰਹੀ ਹੈ, ਨਾ ਹੀ ਨੀਅਤ ਵਾਲੀ ਪੋਲੀਟਿਕਸ ਚੱਲ ਰਹੀ ਹੈ। ਹੁਣ ਦੇਖੋ, ਚੰਗੀ ਨੀਤੀਆਂ ਕਿੱਥੇ ਨੇ? ਹੁਣ ਜੇ ਆਪਾਂ ਬਾਹਰਲੇ ਮੁਲਕਾਂ ਨੂੰ ਭੱਜਦੇ ਹਾਂ, ਕਿਉਂ ਭੱਜ ਰਹੇ ਹਾਂ? ਸਿਸਟਮ ਚੰਗਾ, ਉੱਥੇ ਵੀ ਇਨਸਾਨ ਹੀ ਚਲਾ ਰਹੇ ਨੇ ਨਾ, ਕਿਉਂਕਿ ਉਹਨਾਂ 'ਚ ਵਿਜ਼ਨ ਹੈ, ਨੀਅਤ ਹੈ, ਨੀਤੀ ਹੈ, ਜਿਹਦੇ ਕਰਕੇ ਸਾਡੇ ਵਰਗੇ ਨੌਜਵਾਨਾਂ ਨੂੰ ਇਹ ਲੱਗਦਾ, ਇੱਥੇ ਤਾਂ ਅਸੀਂ ਰਹਿ ਕੇ ਚੰਗੀ ਕਮਾਈ ਕਰ ਨਹੀਂ ਸਕਦੇ, ਇੱਥੇ ਰਹਿ ਕੇ ਅਸੀਂ ਆਪਣੇ ਮਾਪਿਓ ਦਾ ਕਰਜ਼ਾ ਤਾਂ ਲਾ ਨਹੀਂ ਸਕਦੇ, ਉਹਨਾਂ ਦੀ ਮਜਬੂਰੀ ਬਣ ਗਈ ਕਿ ਬਾਹਰ ਜਾ ਕੇ ਚੰਗੀ ਕਮਾਈ ਕਰਾਂਗੇ, ਪਿੱਛੇ ਮਾਪਿਓ ਦੀ ਬਾਹ ਵੀ ਫੜਾਂਗੇ ਅਤੇ ਕਰਜ਼ਾ ਵੀ ਉਤਾਰਾਂਗੇ। ਪਰ ਇੱਥੇ ਮਿਹਨਤ ਕਿਉਂ ਨਹੀਂ ਕਰ ਸਕਦੇ? ਅਸੀਂ ਬਾਹਰਲੇ ਮੁਲਕਾਂ ਜਾ ਕੇ ਅਸੀਂ ਹਰ ਕੰਮ ਕਰਨ ਲਈ ਤਿਆਰ ਹਾਂ, ਪਰ ਪੰਜਾਬ ਦੇ ਵਿੱਚ ਤੁਸੀਂ ਸੁਨਹਿਰੇ ਭਵਿੱਖ ਦੀ ਪੰਜਾਬ ਦੀ ਗੱਲ ਕੀਤੀ ਹੈ, ਪਰ ਪੰਜਾਬ ਦਾ ਨੌਜਵਾਨ ਤਾਂ ਬਾਹਰ ਨੂੰ ਜਹਾਜ਼ ਭਰ ਭਰ ਕੇ ਜਾ ਰਿਹਾ। ਵਿੱਕੀ ਜੀ, ਮਾਹੌਲ ਦਿੱਤਾ ਆਪਾਂ ਨੌਜਵਾਨਾਂ ਨੂੰ? ਦੱਸੋ, ਮਹਿੰਗਾਈ ਕਿੰਨੀ ਆ? ਪੈਟਰੋਲ ਡੀਜ਼ਲ ਦਾ ਰੇਟ ਲਗਭਗ 100 ਰੁਪਇਆ ਪਹੁੰਚ ਗਿਆ ਹੈ, ਡੀਜ਼ਲ 88 ਰੁਪਏ ਆ, ਠੀਕ ਹੈ। ਗੈਸ ਦਾ ਸਿਲੰਡਰ ਲਗਭਗ 1000 ਰੁਪਏ ਹੈ, ਕੁਕਿੰਗ ਆਇਲ ਲਗਭਗ 200 ਰੁਪਏ ਆ। ਮਹਿੰਗਾਈ ਤਾਂ ਦੇਖੋ, ਅਤੇ ਅੱਜ ਕੱਲ੍ਹ ਨੌਜਵਾਨਾਂ ਨੂੰ ਨੌਕਰੀ 'ਤੇ ਕਿੰਨੇ ਕੁ ਪੈਸੇ ਮਿਲਦੇ ਆ? ਵੱਧ ਤੋਂ ਵੱਧ 10-12 ਹਜ਼ਾਰ ਸਟਾਰਟਿੰਗ, 10-12 ਹਜ਼ਾਰ 'ਚ ਗੁਜ਼ਾਰਾ ਕਰ ਲੂਗਾ ਨੌਜਵਾਨ? ਦੱਸੋ, ਆਪਣਾ ਇਲਾਜ ਕਰਾ ਸਕਦਾ? ਜੇ ਕੋਈ ਫੈਮਿਲੀ ਮੈਂਬਰ ਬਿਮਾਰ ਹੋ ਜਾਂਦਾ ਉਹਦਾ ਇਲਾਜ ਕਰਾ ਸਕਦਾ, ਜਾਂ ਮਾਪਿਓ ਦੇ ਸਿਰ 'ਤੇ ਜਿਹੜਾ ਕਰਜ਼ਾ ਚੜਿਆ ਕਰਜ਼ਾ ਉਤਾਰ ਸਕਦਾ ਇੰਨੇ ਪੈਸੇ ਨਾਲ? ਬਿਜ਼ਨਸ ਲਈ ਉਹਨੂੰ ਮਾਹੌਲ ਨਹੀਂ ਮਿਲ ਰਿਹਾ। ਕਿੱਦਾਂ ਦੀ ਗਾਈਡਲਾਈਨ ਦੱਸਦੇ ਪੰਜਾਬ ਨੂੰ ਬਚਾਉਣ ਲਈ, ਨੌਜਵਾਨ ਨੂੰ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਭ ਤੋਂ ਵੱਡੀ ਗੱਲ ਹੈ
ਤੇ ਸਭ ਤੋਂ ਅਹਿਮ ਗੱਲ ਹੈ ਕਿ ਆਪਾਂ ਚੰਗੇ ਮਤਦਾਤਾ ਬਣੀਏ, ਚੰਗੇ ਵੋਟਰ ਬਣਾਂਗੇ, ਚੰਗੇ ਲੀਡਰ ਆਉਣਗੇ, ਚੰਗੇ ਕਿਰਦਾਰ ਆਉਣਗੇ, ਤਾਂ ਹੀ ਸਾਨੂੰ ਚੰਗਾ ਸਮਾਜ ਮਿਲੂਗਾ, ਚੰਗਾ ਸਿਸਟਮ ਮਿਲੂਗਾ। ਮੈਂ ਉਹੀ ਕਿਹਾ, ਬਾਹਰ ਵੀ ਤਾਂ ਇਨਸਾਨ ਹੀ ਚਲਾ ਰਹੇ ਨੇ ਨਾ। ਹੁਣ ਆਹ ਸਿੰਗਾਪੁਰ ਦੀ ਉਦਾਹਰਣ ਹੈ। 1965 ਦੇ ਵਿੱਚ ਸਿੰਗਾਪੁਰ 'ਚ ਇੰਨੀ ਕਰਪਸ਼ਨ ਸੀ, ਇੰਨਾ ਕ੍ਰਾਈਮ ਸੀ, ਇੰਨੀ ਗਰੀਬੀ ਸੀ, ਭੁੱਖਮਰੀ ਸੀ। ਉਹਨਾਂ ਨੇ ਕ੍ਰਾਂਤੀਕਾਰੀ ਬਦਲਾਵ ਲਿਆਂਦਾ। ਲੀ ਕੁਆਨ ਯੂ ਪਹਿਲਾ ਪ੍ਰਾਈਮ ਮਿਨਿਸਟਰ ਬਣਦਾ 1965 'ਚ। ਉਹ 20-25 ਸਾਲਾਂ 'ਚ ਆਪਣੇ ਦੇਸ਼ ਨੂੰ ਇਹੋ ਜਿਹਾ ਖੜ੍ਹਾ ਕਰ ਜਾਂਦਾ, ਅੱਜ ਟੋਪ 5 ਦੇਸ਼ਾਂ 'ਚ ਆ ਰਿਹਾ ਇਨ ਟਰਮਸ ਆਫ ਇਕੋਨਮੀ। ਟੋਪ 5 ਰਿਚੈਸਟ ਕੰਟਰੀ 'ਚ ਆ ਗਿਆ ਸਿੰਗਾਪੁਰ, ਅਤੇ ਲੈਂਡ ਏਰੀਆ ਉਹਦਾ ਦਿੱਲੀ ਤੋਂ ਵੀ ਛੋਟਾ। ਬਿਲਕੁਲ ਸਹੀ ਗੱਲ, ਠੀਕ ਹੈ ਨਾ। ਅਤੇ ਕਿਉਂ, ਕਿਵੇਂ ਉਹ ਪੋਸੀਬਲ ਕਿਵੇਂ ਹੋ ਪਾਇਆ? ਚੰਗਾ ਕਿਰਦਾਰ ਸੀ, ਵਿਜ਼ਨ ਸੀ। ਆਪਣੇ ਤਾਂ ਇੱਥੇ ਧਰਮਾਂ ਦੇ ਨਾਮ 'ਤੇ ਲੜਾਉਂਦੇ ਨੇ, ਤਾਂ ਸਰ ਆਪਾਂ ਇੱਥੇ ਰਹਿ ਕੇ ਵੀ ਆਪਾਂ ਉਹੋ ਜਿਹੇ ਬਣਾ ਸਕਦੇ, ਆਪਾਂ ਚੰਗੇ ਕਿਰਦਾਰਾਂ ਨੂੰ ਪ੍ਰਮੋਟ ਕਰੀਏ। ਵਿੱਕੀ ਜੀ, ਪਾਰਟੀਆਂ 'ਚ ਬਦਲ ਨਹੀਂ ਹੈਗਾ, ਗੱਲ ਮੇਰੀ ਸਮਝੋ। ਜਿਹੜੇ ਤਾਂ ਹੁੰਦੇ ਆ ਹੰਡੇ ਹੋਏ ਸਿਆਸਤਦਾਨ, ਜਿਨ੍ਹਾਂ ਨੂੰ ਤਾਂ ਸਿਆਸਤ ਕਰਨੀ ਆਉਂਦੀ ਆ, ਉਹ ਤਾਂ ਉਹੀ ਚਿਹਰੇ ਬਦਲ ਬਦਲ ਕੇ ਪਾਰਟੀਆਂ ਬਦਲ ਲੈਂਦੇ ਨੇ। ਬਿਲਕੁਲ ਸਹੀ, ਠੀਕ ਹੈ ਨਾ। ਅਤੇ ਉਹਦੇ ਨਾਲ ਬਦਲਾਵ ਆ ਗਿਆ? ਬਦਲਾਵ ਤਾਂ ਹੀ ਆਊਗਾ ਜਦੋਂ ਅਸੀਂ ਚੰਗੇ ਕਿਰਦਾਰਾਂ ਨੂੰ ਪ੍ਰਮੋਟ ਕਰਾਂਗੇ ਅਤੇ ਜਿਤਾਵਾਂਗੇ। ਕਈ ਵਾਰੀ ਚੰਗੇ ਕਿਰਦਾਰਾਂ ਕੋਲ ਨਾ ਪੈਸਾ ਨਹੀਂ ਹੁੰਦਾ, ਉਹਨਾਂ ਦੀ ਪੋਪੂਲੈਰਿਟੀ ਘੱਟ ਹੁੰਦੀ ਆ, ਪਰ ਇਹ ਆਮ ਲੋਕਾਂ ਨੂੰ ਚਾਹੀਦਾ ਕਿ ਜਿੱਥੇ ਵੀ ਤੁਹਾਨੂੰ ਕਿਸੇ ਵੀ ਕਿਰਦਾਰ ਬਾਰੇ ਪਤਾ ਲੱਗਦਾ, ਤੁਸੀਂ ਡਿਸਕਸ਼ਨ ਕਰੋ ਲੋਕਾਂ 'ਚ, ਉਹਦੇ ਬਾਰੇ ਏਜੰਡਾ ਬਾਰੇ ਡਿਸਕਸ ਕਰੋ, ਉਹਨੂੰ ਪ੍ਰਮੋਟ ਕਰੋ। ਜਦੋਂ ਚੰਗੇ ਕਿਰਦਾਰਾਂ ਨੂੰ ਅਸੀਂ ਪ੍ਰਮੋਟ ਕਰਾਂਗੇ ਨਾ, ਉਦੋਂ ਹੀ ਬਦਲਾਵ ਆਊਗਾ। ਲੋਕਤੰਤਰ 'ਚ ਲੋਕ ਮਾਲਿਕ ਨੇ, ਅਸੀਂ ਮਾਲਿਕ ਹਾਂ। ਲੋਕਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਲੋਕਤੰਤਰ ਦੀ ਗੱਲ ਕੀਤੀ ਸਰ, ਲੋਕਤੰਤਰ ਤਾਂ ਦੇਖੋ ਭਾਨੇ ਸਿੱਧੂ, ਦੇਖੋ ਜੇਲ੍ਹ ਦੇ ਵਿੱਚ ਉਹਨਾਂ ਨੂੰ, ਉਹਨਾਂ 'ਤੇ ਪਰਚਾ ਪਾਇਆ ਗਿਆ ਵਾ, ਪੰਜਾਬ ਗੈਂਗਸਟਰਵਾਦ ਵੱਲ ਵੱਧ ਰਹੇ ਆ, ਅਤੇ ਪੰਜਾਬ ਨੂੰ ਕਿੱਦਾਂ ਰੀਪ੍ਰਜੈਂਟ ਕਰਨਗੇ? ਪੰਜਾਬ ਦੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਸਰਕਾਰ, ਉਹ ਕਹਿੰਦੇ ਸਰਕਾਰ ਤੋਂ ਐਂਟੀ ਹੋ ਕੇ ਚੱਲ ਰਹੇ ਨੇ। ਵਿੱਕੀ ਜੀ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਇਕੱਲੇ ਇਕੱਲੇ ਪੰਜਾਬੀ ਨੂੰ ਨਹੀਂ ਪਤਾ ਲੱਗਿਆ ਕਿ ਇਹ ਕੀ ਹੋ ਰਿਹਾ ਪੰਜਾਬ 'ਚ? ਇਕੱਲੇ ਇਕੱਲੇ ਪੰਜਾਬੀ ਨੂੰ ਪਤਾ ਲੱਗ ਗਿਆ ਕਿ ਆਵਾਜ਼ਾਂ ਬੰਦ ਕਰਨ ਦੀਆਂ ਕੋਝੀਆਂ ਚਾਲਾਂ ਨੇ, ਇਹ ਨਹੀਂ ਕਰਨੀ ਚਾਹੀਦੀ ਸਰਕਾਰ ਦਾ। ਇੱਕ ਨਾ ਆਪਣੇ ਇੱਥੇ ਡਾਇਵਰਟ ਐਂਡ ਰੂਲ ਪੋਲਿਸੀ ਵੀ ਚੱਲ ਰਿਹਾ ਕਿ ਜਦੋਂ ਅਸੀਂ ਅਸਲ ਮੁੱਦਿਆਂ 'ਤੇ ਡਿਸਕਸ਼ਨ ਸਰਕਾਰਾਂ ਨੇ ਨਹੀਂ ਕਰਾਉਣੀ ਹੁੰਦੀ ਨਾ, ਤਾਂ ਇਹ ਮੁੱਦੇ ਸਰਕਾਰਾਂ ਵੱਲੋਂ ਹੀ ਕ੍ਰੀਏਟ ਕੀਤੇ ਜਾਂਦੇ ਆ, ਬਲੀ ਦਾ ਬੱਕਰਾ ਬਣਾਇਆ ਜਾਂਦਾ, ਝੂਠੇ ਪਰਚੇ ਬਣਾ ਕੇ ਆਵਾਜ਼ ਵੀ ਬੰਦ ਕੀਤੀ ਜਾਂਦੀ ਹੈ। ਹੁਣ ਸਾਰੇ ਪੰਜਾਬ ਦਾ ਮੁੱਦਾ ਬਣਾਤਾ ਭਾਨਾ ਸਿੱਧੂ, ਠੀਕ ਹੈ ਨਾ। ਬੇਰੁਜ਼ਗਾਰੀ ਕਿੱਥੇ ਗਿਆ? ਮਹਿੰਗਾਈ ਵਾਲਾ ਮੁੱਦਾ ਕਿੱਥੇ ਗਿਆ? ਜਿਹੜਾ ਕਿਸਾਨਾਂ 'ਤੇ ਕਰਜ਼ਾ ਚੜਿਆ ਹੋਇਆ ਉਹ ਮੁੱਦਾ ਕਿੱਥੇ ਗਿਆ? ਸਾਡੇ ਬੇਦਬਿਆਂ ਦੇ ਇਨਸਾਫ਼ ਵਾਲਾ ਮੁੱਦਾ ਕਿੱਥੇ ਗਿਆ? ਸਿੱਧੂ ਮੂਸੇਵਾਲੇ ਦੇ ਜਿਹੜਾ ਇਨਸਾਫ਼ ਨਹੀਂ ਮਿਲ ਰਿਹਾ ਇੰਨੇ ਲੰਬੇ ਸਮੇਂ ਤੋਂ, ਉਹ ਮੁੱਦਾ ਕਿੱਥੇ ਗਿਆ? ਕੀ ਲੱਗਦਾ ਨੌਜਵਾਨ, 2-3 ਨੌਜਵਾਨ ਜਿਹੜੇ ਪੰਜਾਬ ਪ੍ਰਤੀ ਬੋਲਦੇ ਨੇ, ਕੀ ਲੱਗਦਾ ਕਿ ਉਹ ਸਹੀ ਬੋਲਦੇ ਨੇ? ਬਿਲਕੁਲ, ਦੇਖੋ ਜੇ ਇਮੀਗ੍ਰੇਸ਼ਨ ਦੇ ਸਤਾਏ ਹੋਏ ਲੋਕ ਭਾਨਾ ਸਿੱਧੂ ਕੋਲ ਜਾ ਰਹੇ ਨੇ, ਸਿਸਟਮ 'ਚ ਕਮੀਆਂ ਤਾਂ ਹੀ ਜਾ ਰਹੇ ਨੇ ਉਹਦੇ। ਉਹ ਤਾਂ ਨਾ MLA, ਨਾ ਮੰਤਰੀ, ਨਾ ਸਰਪੰਚ, ਨਾ ਪੰਚ, ਨਾ ਕੌਂਸਲਰ, ਫਿਰ ਵੀ ਲੋਕ ਉਹਦੇ ਕੋਲ ਜਾ ਰਹੇ ਨੇ ਕੰਮ ਕਰਾਉਣ। ਕਿਉਂ ਜਾ ਰਹੇ ਨੇ? ਇਹ ਜਿਹੜਾ, ਜੇ ਲੋਕ ਉਹਦੇ ਕੋਲ ਕੰਮ ਕਰਾਉਣ ਜਾ ਰਹੇ ਨੇ ਨਾ ਕਿਸੇ ਆਮ ਬੰਦੇ ਕੋਲ, ਇਹੀ ਸ਼ੋਅ ਕਰਦਾ ਕਿ ਆਪਣਾ ਸਿਸਟਮ ਫੇਲ ਹੋ ਚੁੱਕਾ, ਜਿਹੜਾ ਫੇਲ ਹੋ ਚੁੱਕਾ। ਮੌਜੂਦਾ ਸਰਕਾਰ ਦਾ ਕਹਿ ਰਹੀ ਕਿ ਕਾਨੂੰਨ ਬਣਿਆ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰੋ ਨਾ, ਅਤੇ ਨੌਜਵਾਨ ਨੂੰ ਕੀ ਲੋੜ ਪੈਗੀ ਵੀ ਜਿਹੜੇ ਉਹ ਬਾਗੀ ਹੋ ਰਹੇ ਨੇ? ਜੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਸਾਰਿਆਂ ਨੇ ਕੰਮ ਕਰਨਾ ਹੈ। ਮੈਨੂੰ ਵਿੱਕੀ ਜੀ ਇਹ ਜਵਾਬ ਦਿਓ, ਜਿਹੜੇ ਏਜੰਟ ਵੱਲੋਂ ਸਤਾਏ ਹੋਏ ਲੋਕ ਹੈ, ਫਿਰ ਉਹਨਾਂ ਨੂੰ ਕਾਨੂੰਨ ਦੁਆਰਾ ਇਨਸਾਫ਼ ਕਿਉਂ ਨਹੀਂ ਮਿਲਦਾ ਸਮੇਂ ਸਿਰ? ਉਹਨਾਂ ਨੂੰ ਭਟਕਣਾ ਕਿਉਂ ਪੈਂਦਾ ਥਾਂ ਥਾਂ 'ਤੇ? ਇੱਦਾਂ ਵੀ ਕਹਿੰਦੇ ਵੀ ਇਹ ਪੁਲਿਸ ਨਾਲ ਕੰਪਰੋਮਾਈਜ਼ ਕਰ ਲੈਂਦੇ ਏਜੰਟ? ਨਹੀਂ ਦੇਖੋ, ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ, ਆਪਾਂ ਕਿਸੇ 'ਤੇ ਡਾਇਰੈਕਟ ਦੋਸ਼ ਨਹੀਂ ਲਾ ਸਕਦੇ। ਇਹ ਸਿਸਟਮ 'ਚ ਕਮੀਆਂ ਨੇ ਤਾਂ ਆਵਾਜ਼ਾਂ ਬਾਗੀਆਂ ਹੁੰਦੀਆਂ ਨੇ, ਗੱਲ ਮੇਰੀ ਸਮਝੋ। ਜੇ ਸਿਸਟਮ ਸਾਡਾ ਠੀਕ ਹੋਵੇ, ਕਿਸੇ ਨੂੰ ਕੀ ਲੋੜ ਪਈ ਹੈ ਸਿਸਟਮ ਨਾਲ ਲੜਨ ਦੀ? ਹੁਣ ਬਾਹਰ ਕੋਈ ਲੜਦਾ ਹੈ ਵੇ? ਬਾਹਰ ਹਰ ਬੰਦੇ ਦੀ ਕਦਰ ਹੈ, ਰੂਲ ਆਫ ਲਾਅ ਮੇਨਟੇਨਡ ਹੈ, ਰੂਲ ਆਫ ਲਾਅ ਇਜ਼ ਸੇਮ ਫੋਰ ਐਵਰੀਵਨ। ਇੱਥੇ ਤਾਂ ਜਿਹਦੇ ਹੱਥ 'ਚ ਸੱਤਾ ਹੈ ਉਹਨੂੰ ਐਂ ਲੱਗ ਲੈਂਦਾ ਕਾਨੂੰਨ ਵੀ ਮੇਰੇ ਹੱਥ 'ਚ ਆ। ਇਹ ਗਲਤ ਹੈ ਕਿ ਤੁਸੀਂ ਵਿਰੋਧੀਆਂ ਨੂੰ ਟਾਰਗੇਟ ਕਰਨਾ, ਵਿਰੋਧੀਆਂ ਦੀ ਆਵਾਜ਼ ਬੰਦ ਕਰਾਉਣੀ ਜਾਂ ਸਮਾਜ ਸੇਵੀਆਂ ਦੀ ਆਵਾਜ਼ ਬੰਦ ਕਰਾਉਣੀ, ਇਹ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ। ਸਰਕਾਰ ਨੂੰ ਸਗੋਂ ਜੇ ਕੋਈ ਬੰਦਾ ਲੜ ਰਿਹਾ, ਤੁਹਾਡੇ ਖਿਲਾਫ਼ ਕੋਈ ਆਵਾਜ਼ ਚੱਕ ਰਿਹਾ, ਉਹਨੂੰ ਬਿਠਾਓ, ਉਹਦੀ ਤਕਲੀਫ਼ ਤਾਂ ਪੁੱਛੋ ਨਾ, ਉਹ ਕਿਉਂ ਲੜ ਰਿਹਾ, ਕਿਉਂ ਲੜ ਰਿਹਾ? ਕਦੇ ਸਰਕਾਰ ਇਹਦਾ ਮਤਲਬ ਇਹ ਥੋੜ੍ਹੀ ਕਿ ਤੁਸੀਂ ਉਹਨੂੰ ਜੇਲ੍ਹ 'ਚ ਬੰਦ ਕਰ ਦਿਉ, ਨਹੀਂ, ਦਿਸ ਇਜ਼ ਰੋਂਗ। ਜੇ ਕੋਈ ਸਿਸਟਮ ਨੂੰ ਸੁਧਾਰ ਲਈ, ਠੀਕ ਹੈ ਉਹਦਾ ਢੰਗ ਗਲਤ ਹੋ ਸਕਦਾ, ਪਰ ਉਹਦੀ ਨੀਅਤ ਤਾਂ ਦੇਖੋ, ਲੜ ਤਾਂ ਲੋਕਾਂ ਲਈ ਰਿਹਾ ਨਾ। ਅਤੇ ਸਰਕਾਰ ਨੂੰ ਸਗੋਂ ਸੱਦਾ ਦੇ ਕੇ ਉਹਦੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਸੀ, ਨਾ ਕਿ ਉਹਨੂੰ ਜੇਲ੍ਹ 'ਚ ਬੰਦ ਕਰਨਾ ਚਾਹੀਦਾ ਸੀ।
ਨੌਜਵਾਨ ਦੇਖੋ ਕਿਹੜੇ ਰਾਹਾਂ ਤੁਰ ਪਏ। ਲੱਖਾ ਸਰਾਣੇ ਕਦੇ ਗੱਲ ਹੋਈ, ਲੱਖਾ ਸਰਾਣਾ ਕਿਵੇਂ ਦੇ, ਲੱਖਾ ਸਰਾਣਾ ਸਾਹਿਬ ਬਾਰੇ ਕਿਵੇਂ ਦੇ ਦਿਓ, ਕਿਉਂਕਿ ਨਾਲ ਤਾਂ ਭਾਵੇਂ ਸਿੱਧੂ ਨਾਲ ਤਾਂ ਉਹ ਵੀ ਹੁੰਦੇ ਸੀਗੇ, ਅਤੇ ਉਹਨਾਂ ਨੂੰ ਕਿਉਂ ਨਹੀਂ ਮਤਲਬ ਅਰੈਸਟ ਕੀਤਾ ਗਿਆ ਕਿ ਉਹ ਯਾਤਰਾ ਕਰ ਰਹੇ ਨੇ, ਕਿੱਦਾਂ ਦੇਖਦੇ ਮਤਲਬ ਕੀ ਸਿਸਟਮ ਨਾਲ ਚੱਲ ਰਿਹਾ ਮਾਹੌਲ, ਕੁਝ ਸਮਝ ਤੋਂ ਨਹੀਂ ਆ ਰਿਹਾ। ਦੇਖੋ ਵਿੱਕੀ ਜੀ, ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਨਾ, ਪੰਜਾਬੀਆਂ ਨੂੰ ਚਿੰਤਿਤ ਕਰਨ ਦੀ ਲੋੜ ਹੈ, ਇਹਦੇ 'ਚ ਲੋੜ ਹੈ, ਕਿਉਂਕਿ ਜੇ ਅਸੀਂ ਹੁਣ ਨਾ ਕੀਤਾ ਨਾ ਤਾਂ ਬਹੁਤ ਲੇਟ ਹੋ ਜਾਵਾਂਗੇ, ਬਹੁਤ ਦੇਰੀ ਕਰ ਦਾਂਗੇ, ਅੱਗੇ ਹੀ ਸਾਡਾ ਪੰਜਾਬ ਬਰਬਾਦੀ ਵਾਲੇ ਰਾਹ 'ਤੇ ਤੁਰਿਆ ਹੋਇਆ। ਦੇਖੋ ਜਿਹੜਾ ਅੰਡਰਗਰਾਊਂਡ ਵਾਟਰ ਆ ਨਾ, ਆਉਣ ਵਾਲੇ 10-15 ਸਾਲਾਂ 'ਚ ਨਾ ਆਪਾਂ 1000-1500 ਫੁੱਟ ਥੱਲੇ ਚੱਲ ਜਾਣਾ, ਅਗਲੀ ਪੀੜ੍ਹੀ ਨੂੰ ਪੀਣ ਵਾਲਾ ਪਾਣੀ ਤੱਕ ਨਹੀਂ ਨਸੀਬ ਹੋਣਾ, ਕਿੰਨਾ ਵੱਡਾ ਮੁੱਦਾ ਹੈ, ਠੀਕ ਹੈ ਨਾ। ਜਿਹੜਾ ਪੰਜਾਬ 'ਤੇ ਡੇ ਬਾਏ ਡੇ ਕਰਜ਼ਾ ਚੜ ਰਿਹਾ, ਫਾਈਨੈਂਸ਼ੀਅਲ ਕ੍ਰਾਈਸਿਸ ਵਾਲੇ ਪਾਸੇ ਆਪਾਂ ਜਾ ਰਹੇ ਹਾਂ, ਉਹ ਦਿਨ ਦੂਰ ਨਹੀਂ ਜਦੋਂ ਆਪਣੀ ਇਕੋਨਮੀ ਟੋਟਲੀ ਕ੍ਰੈਸ਼ ਹੋ ਜਾਣੀ ਹੈ, ਸ਼੍ਰੀਲੰਕਾ ਵਾਲੇ ਹਾਲ ਬਣ ਜਾਣੇ। ਬਿਲਕੁਲ ਸਹੀ, ਇਹ ਚਿੰਤਿਤ ਕਰਨ ਦੀ ਲੋੜ ਹੈ। ਆਪਾਂ ਸਾਡੇ ਜਿਹੜੇ ਮੁੱਦੇ ਰਹੇ ਨਾ ਵਿੱਕੀ ਜੀ, ਸਾਡਾ ਮੁੱਦਾ ਕੋਈ ਇੰਡੀਵਿਜੁਅਲ ਨਹੀਂ ਹੈ, ਪੰਜਾਬ ਦਾ ਮੁੱਦਾ ਹੋਣਾ ਚਾਹੀਦਾ, ਕਿਹੜੀ ਪੋਲਿਸੀਜ਼ ਨਾਲ ਅਸੀਂ ਪੰਜਾਬ ਨੂੰ ਖੜਾ ਕਰ ਸਕਦੇ ਹਾਂ, ਹੱਲ ਕੀ ਆ। ਹੁਣ ਤੁਸੀਂ ਦੇਖੋ ਪ੍ਰੋਬਲਮ ਇਕੱਲੇ ਇਕੱਲੇ ਪੰਜਾਬੀ ਨੂੰ ਪਤਾ, ਪ੍ਰੋਬਲਮ ਤਾਂ ਉਹਨੂੰ ਹੀ ਪਤਾ, ਹੱਲ ਕਿੱਥੇ ਆ। ਪੰਜਾਬ ਤਾਂ ਖੜਾ ਹੱਲ ਨਾਲ ਹੀ ਹੋਣਾ, ਮੁੱਦੇ ਡਿਸਕਸ ਕਰਕੇ ਤਾਂ ਨਹੀਂ ਖੜਾ ਹੋਣਾ, ਹੱਲ ਮੈਂ ਤੁਹਾਨੂੰ ਹੱਲ ਦਾ ਹੀ ਜਵਾਬ ਦੇ ਰਿਹਾ ਕਿ ਸਾਨੂੰ ਚੰਗੇ ਵੋਟਰ ਬਣਨ ਦੀ ਲੋੜ ਹੈ, ਚੰਗੇ ਕਿਰਦਾਰਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ, ਉਹ ਕਿਰਦਾਰ ਲੈ ਕੇ ਆਓ ਜਿਨ੍ਹਾਂ ਦੀ ਸਮਾਜ 'ਚ ਦੇਣ ਹੈ, ਜਿਹੜੇ ਪੰਜਾਬ ਨੂੰ ਖੜਾ ਕਰਨਾ ਚਾਹੁੰਦੇ ਨੇ, ਜਿਨ੍ਹਾਂ ਕੋਲ ਨੀਤੀਆਂ ਨੇ, ਜਿਨ੍ਹਾਂ ਕੋਲ ਨੀਅਤ ਹੈ। ਤੁਸੀਂ ਕਿਹਨੂੰ ਸਮਝੋ ਸੱਚੇ ਕਿਰਦਾਰ, ਜਿਹੜੇ ਵਧੀਆ ਪੰਜਾਬ ਲਈ ਕੁਛ ਕਰਨਾ ਚਾਹੁੰਦੇ ਨੇ? ਦੇਖੋ ਮੈਂ ਵਿੱਕੀ ਜੀ, ਮੈਂ ਪੋਲੀਟਿਕਸ ਨੂੰ ਨਾ, ਪੰਜਾਬ ਦੀ ਰਾਜਨੀਤੀ ਨੂੰ ਕਾਫੀ ਲੰਬੇ ਅਰਸੇ ਤੋਂ ਦੇਖਦਾ ਆ ਰਿਹਾ। ਜੇ ਆਪਾਂ ਗੱਲ ਕਰੀਏ ਕਿਰਦਾਰਾਂ ਦੀ, ਮੈਨੂੰ ਸਾਰੇ ਕਿਰਦਾਰਾਂ ਦੇ ਵਿੱਚੋਂ ਨਾ ਸਿੱਧੂ ਸਾਹਿਬ, ਸਰਦਾਰ ਨਵਜੋਤ ਸਿੰਘ ਸਿੱਧੂ ਦਾ ਇਹੋ ਜਿਹਾ ਕਿਰਦਾਰ ਲੱਗਿਆ ਕਿ ਜਿਨ੍ਹਾਂ ਨੇ ਪੰਜਾਬ ਪਿੱਛੇ ਸਾਰੇ ਅਹੁਦੇ ਕੁਰਬਾਨ ਕਰਤੇ। ਉਹਨਾਂ ਨੇ ਰਾਜ ਸਭਾ ਛੱਡੀ, ਕੇਂਦਰ ਦੀ ਵਜ਼ਾਰਤ ਛੱਡੀ, ਕਿਹਦੇ ਕਰਕੇ? ਪੰਜਾਬ ਕਰਕੇ। ਪਾਰਟੀ ਤਾਂ ਉਹ ਵੀ ਬਦਲਦੇ ਨੇ। ਮੈਂ ਦੇਖੋ ਗੱਲ ਕਿਰਦਾਰ ਦੀ ਹੋ ਗਈ ਹੈ, ਆਪਾਂ ਇੱਥੇ ਗੱਲ ਬੰਦੇ ਦੀ ਜਿਹੜੀ ਸੋਚ ਹੈ ਕਿ ਬੰਦੇ ਦੀ ਪੰਜਾਬ ਪ੍ਰਤੀ ਸੋਚ ਕੀ, ਆਪਣੀ ਡਿਸਕਸ਼ਨ ਉਹਦੇ 'ਤੇ ਹੋ ਰਹੀ ਹੈ। ਮੈਂ ਬੜੇ ਲੀਡਰਾਂ ਨੂੰ ਕੁਰਸੀਆਂ ਮਗਰ ਤਾਂ ਭੱਜਦੇ ਦੇਖਿਆ, ਪਾਰਟੀਆਂ ਮਗਰ ਭੱਜਦੇ ਦੇਖੇ ਆ, ਠੀਕ ਹੈ ਨਾ, ਅਹੁਦੇ ਲੈਣ ਲਈ ਭੱਜਦੇ ਵੇਖਿਆ, ਪਰ ਬੜੇ ਘੱਟ ਕਿਰਦਾਰ ਨੇ ਇਹੋ ਜਿਹੇ ਜਿਹੜੇ ਪੰਜਾਬ ਲਈ ਆਪਣੇ ਸਾਰੇ ਅਹੁਦੇ ਛੱਡਣ ਨੂੰ ਤਿਆਰ ਹੈ। 2017 ਤੋਂ ਪਹਿਲਾਂ ਮੋਦੀ ਲਹਿਰ ਚੱਲੀ ਸੀ, ਸਿੱਧੂ ਸਾਹਿਬ ਉਸੇ ਪਾਰਟੀ ਵੱਲੋਂ ਰਾਜ ਸਭਾ ਭੇਜੇ ਗਏ ਸੀ, ਮੋਦੀ ਲਹਿਰ ਸੀ, ਸਾਰੇ ਪੰਜਾਬ 'ਚ ਹਵਾ ਸੀ ਕਿ ਮੋਦੀ ਦੀ ਸਰਕਾਰ ਬਣਨੀ ਆ, ਉਹਨਾਂ ਨੇ ਤਾਂ ਲਹਿਰ ਛੱਡਤੀ। ਜੇ ਉਹਨਾਂ ਨੂੰ ਅਹੁਦੇ ਦਾ ਲਾਲਚ ਹੁੰਦਾ, ਸੱਤਾ ਦਾ ਲਾਲਚ ਹੁੰਦਾ, ਉਸ ਤੋਂ ਵਧੀਆ ਗੋਲਡਨ ਓਪਰਚੁਨਿਟੀ ਤਾਂ ਕੋਈ ਹੋ ਨਹੀਂ ਸਕਦੀ ਸੀ। ਫਿਰ ਵੀ ਉਹਨਾਂ ਨੇ ਕਿਹਨੂੰ ਚੁਣਿਆ? ਪੰਜਾਬ ਨੂੰ ਚੁਣਿਆ। ਜੇ ਉਹਨਾਂ ਨੇ ਪਾਵਰ ਮਹਿਕਮਾ ਛੱਡਿਆ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਕੈਪਟਨ ਵੱਲੋਂ ਮੈਨੂੰ ਕੱਠਪੁਤਲੀ ਬਣਾਇਆ ਜਾ ਰਿਹਾ, ਇਹ ਢੰਗ ਨਾਲ ਮੈਨੂੰ ਬਦਨਾਮ ਕਰਨਾ ਚਾਹੁੰਦੇ ਨੇ, ਉਹਨਾਂ ਨੇ ਪਾਵਰ ਮਹਿਕਮਾ ਛੱਡਤਾ। ਕਾਹਦੇ ਲਈ ਛੱਡਿਆ? ਪੰਜਾਬ ਲਈ। ਉਹਨਾਂ ਦਾ ਦੁੱਖ ਇਹ ਸੀ ਕਿ ਮੈਂ ਪੰਜਾਬ ਲਈ ਨੀਤੀਆਂ ਬਣਾਈਆਂ। ਤੇਲੰਗਾਨਾ ਉਹਨਾਂ ਨੇ ਵਿਜ਼ਿਟ ਕੀਤਾ, ਮਾਈਨਿੰਗ ਪੋਲਿਸੀ ਬਾਰੇ ਉਹਨਾਂ ਨੇ ਗੱਲ ਕੀਤੀ, ਉਹ ਪੋਲਿਸੀ ਬਣਾ ਕੇ ਲੈ ਕੇ ਆਏ, ਪਰ ਉਹ ਪੋਲਿਸੀ ਨੂੰ ਨਜ਼ਰਅੰਦਾਜ਼ ਕੀਤਾ ਕੈਪਟਨ ਸਰਕਾਰ ਨੇ। ਉਹਨਾਂ ਨੇ ਟਰਾਂਸਪੋਰਟੇਸ਼ਨ ਦੀ ਪੋਲਿਸੀ ਬਣਾਈ, ਉਹ ਨਜ਼ਰਅੰਦਾਜ਼ ਕੀਤਾ। ਸ਼ਰਾਬ ਪੋਲਿਸੀ ਦੀ ਗੱਲ ਕਰਦੇ ਰਹੇ, ਜਿਹੜੀ ਕਿ ਤਾਮਿਲਨਾਡੂ 'ਚ ਕਾਰਪੋਰੇਸ਼ਨ ਬਣੀ ਹੋਈ ਆ, ਉਹ ਕਹਿੰਦੇ ਸੀ ਇੱਥੇ ਵੀ ਕਾਰਪੋਰੇਸ਼ਨ ਬਣਾਓ ਤਾਂ ਹੀ ਅਸੀਂ ਪੰਜਾਬ 'ਚ ਰੈਵਨਿਊ ਜਨਰੇਟ ਕਰ ਸਕਦੇ, ਉਹ ਪੋਲਿਸੀ ਨੂੰ ਨਜ਼ਰਅੰਦਾਜ਼ ਕਰਤਾ। ਕੇਬਲ ਦੀ ਪੋਲਿਸੀ ਲਿਆਉਣਾ ਚਾਹੁੰਦੇ ਸੀ ਕਿ ਮਲਟੀਪਲ ਪਲੇਅਰਸ ਲੈ ਕੇ ਆਓ ਤਾਂ ਜੋ ਲੋਕਾਂ ਨੂੰ ਕੇਬਲ ਵੀ ਸਸਤੀ ਮਿਲੇ, ਰੋਜ਼ਗਾਰ ਵੀ ਮਿਲੇ ਅਤੇ ਰੈਵਨਿਊ ਵੀ ਜਨਰੇਟ ਹੋਵੇ, ਉਹ ਵੀ ਉਹਨਾਂ ਦੀ ਪੋਲਿਸੀ ਨੂੰ ਨਜ਼ਰਅੰਦਾਜ਼ ਕਰਤਾ। ਦੋਸਤੋ ਉਹਨਾਂ ਨੇ ਕੀ ਗੁਨਾਹ ਕਰਤਾ? ਜੇ ਉਹਨਾਂ ਨੇ ਲੜਾਈ ਲੜੀ ਹੈ ਪੰਜਾਬ ਲਈ, ਲੜੀ ਆ ਪੰਜਾਬ ਲਈ, ਪੰਜਾਬ ਲਈ ਲੜੀ ਆ, ਅਹੁਦਿਆਂ ਲਈ ਥੋੜ੍ਹੀ ਲੜੀ ਆ, ਇਹ ਕਿਰਦਾਰ ਬੋਲਦਾ, ਠੀਕ ਆ। ਕਈ ਲੋਕ ਕਹਿੰਦੇ ਹੋਣਗੇ ਜੀ ਇਹ ਬੰਦੇ ਸਟੇਬਲ ਨਹੀਂ ਹੈ ਜਾਂ ਇਹਦੀ ਬੰਦੀ ਨਹੀਂ ਆ, ਮੈਂ ਕਿਹਾ ਸਗੋਂ ਜਿੰਨੀ ਇਸ ਬੰਦੇ ਦੀ ਪੰਜਾਬ ਨਾਲ ਬੰਦੀ ਹੈ ਨਾ, ਕਿਸੇ ਦੀ ਨਹੀਂ ਬੰਦੀ, ਕਿਉਂਕਿ ਇਹ ਬੰਦਾ ਪੰਜਾਬ ਨਾਲ ਖੜਾ, ਇਮਾਨਦਾਰ ਲੋਕਾਂ ਨਾਲ ਖੜਾ, ਪੰਜਾਬੀਆਂ ਨਾਲ ਖੜਾ। ਜੇ ਚੋਰਾਂ ਨਾਲ ਨਹੀਂ ਚੱਲਦਾ, ਇਹਦਾ ਮਤਲਬ ਇਹ ਕਹਿਣ ਲੱਗ ਜਾਓ ਕਿ ਇਹਦੀ ਬੰਦੀ ਨਹੀਂ, ਚੰਗੀ ਗੱਲ ਹੈ ਨਾ, ਸਗੋਂ ਨਹੀਂ ਬੰਦੀ। ਜੇ ਸਿੱਧੂ ਸਾਹਿਬ ਦੀ ਚੋਰਾਂ ਨਾਲ ਨਹੀਂ ਬੰਦੀ, ਇਹ ਤਾਂ ਪੰਜਾਬ ਦੇ ਭਲੇ ਦੀ ਗੱਲ ਹੈ, ਸਗੋਂ ਪੰਜਾਬ ਨੂੰ ਖੜਾ ਵੀ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਚੰਗੇ ਕਿਰਦਾਰ ਸਿੱਧੂ ਸਾਹਿਬ ਵਰਗੇ ਅਸੀਂ ਪੰਜਾਬ ਦੇ ਮੂਹਰੇ ਲਵਾਂਗੇ। ਲਗਾਉਣਾ ਵੀ ਚਾਹੀਦਾ। ਪੰਜਾਬ ਨੂੰ ਕਿੱਦਾਂ ਰੀਪ੍ਰਜੈਂਟ ਕੀ ਸੋਚ ਰੱਖਦੇ ਹੋ ਪੰਜਾਬ ਦੇ ਨੌਜਵਾਨ ਦੀ, ਨੌਜਵਾਨ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਸਾਡੇ ਪੰਜਾਬ ਲਈ ਉਹ ਸਦਾ ਤਿਆਰ ਬਾਰ ਤਿਆਰ ਰਹਿਣ, ਜੋ ਪੰਜਾਬ ਦਾ ਸੁਨਹਿਰੀ ਭਵਿੱਖ ਸਾਹਮਣੇ ਆਵੇ? ਦੇਖੋ ਹੁਣ ਨੌਜਵਾਨਾਂ ਨੂੰ ਨਾ ਆਪਣੀ ਲੜਾਈ ਆਪ ਲੜਨੀ ਪੈਣੀ ਆ, ਮੈਦਾਨ 'ਚ ਆਉਣਾ ਪੈਣਾ। ਤੁਸੀਂ ਕੀ ਸੋਚਿਆ? ਬਸ ਮੈਦਾਨ 'ਚ ਆਵਾਂਗੇ, ਸਿਸਟਮ ਨੂੰ ਸੁਧਾਰ ਕਰਨ ਲਈ ਸਿਸਟਮ ਦੇ ਵਿੱਚ ਆਉਣਾ ਪੈਣਾ। ਵਿੱਕੀ ਜੀ,
आना पैना। मैं इस चीज़ तो भजदा नहीं हाँ, जे मैं अपनी नौकरी छड के आया ना तो इस सोच नाल आया कि अगली पीढ़ी नूं चंगा भविख मिल सके। पॉलिटिक्स इज नॉट अ प्रोफेशन फॉर मी, दिस इज़ अ मिशन फॉर मी। तुसी अज मेरी इंटरव्यू करन आए हो, तुसी इलैक्टेड बंदे कोल नहीं गए, जे मेरे तो कोई उम्मीद आ तां ही मेरी इंटरव्यू कर रहे हो। तो मेन गल तो इस वेले मेन गल तो उम्मीद ही है ना सर। तो हुंदा देखो जेडे लोग साढ़े इस वेले बेउमीद हो चुके ने, सब तो वड्डी गल तो यह होगी इस वेले कि उन्होंने अंदर उम्मीद वाली आस एक चानन जगाया जाए। तो मेरी कोशिश यही है कि उन्होंने एक उम्मीद पैदा की जाए कि साढ़े जेडे नौजवान ने इत्थे सिस्टम च बदलाव लेके आएंगे, सिस्टम नूं सुधार करेंगे, तो साढ़े नौजवान इत्थे खुशी खुशी अपनी धरती की सेवा करेंगे, तो अपने मां प्यो की सेवा करेंगे, तो असी अपने सूबे नूं अपने गुरुआं फकीरां शहीदां दे सूबे नूं तरक्कियां दे राह ते लैके जावांगे। इस चीज़ का प्रण करदे आ। मतलब तुसीं पंजाब नूं सियासत नाल कंपेयर नहीं कर सकते? नहीं देखो जिहड़ी तां है सियासत, सियासत च सुधार करांगे तां ही पंजाब दा सुधार होगा। देखो सिस्टम नूं ठीक किन्ने करना पॉलिटिक्स ने, सरकारां ने, ते सरकार दे विच आना चाहिए चंगे किरदार। जो तक चंगे किरदार सियासत च नहीं आउंदे जां सरकार दे विच नहीं आउंदे उदों तक बदलाव नहीं आना, सिस्टम च सुधार नहीं आना। सो बहुत बहुत धन्यवाद प्रोफेसर कोमल गुरनूर जी दा, इन्होंने दसा कि पंजाब नूं किदां रीप्रजेंट करिया जा सकदा, पंजाब दे भविख लई की योगदान पाउणे चाहीदे ने, जां मतलब पंजाब नूं बाहरले मुल्कां तों किवें बचाया जा सकदा, जो साडी इकॉनमी भी साडे बाहरले मुल्कां साडा पैसा जो हर दिन जा रहा वा। सो इन्होंने बहुत सोहणे तरीके नाल पेश कीता, इन्हां दा बहुत बहुत धन्नवाद करदे हां। तुसीं वेखदे रहो साडा पंजाब, कैनेडा टीवी, विक्की जसोवाल जी।